ਛੇਤੀ ਬਿਲਾ ਦੇ ਖਿਲਾਫ ਲਗਾਤਾਰ ਜ਼ੋਰਦਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਹੁਣ ਇਸੇ ਕੜੀ ਦੇ ਵਿੱਚ ਰਾਹੁਲ ਗਾਂਧੀ ਨੇ ਵੀ ਪੰਜਾਬ ਦੌਰੇ ਤੇ ਆਣ ਦਾ ਮਨ ਬਣਾਇਆ ਹੈ ਰਾਹੁਲ ਗਾਂਧੀ 2 ਅਕਤੂਬਰ ਤੋਂ 4 ਅਕਤੂਬਰ ਤੱਕ ਪੰਜਾਬ ਦੇ ਦੌਰੇ ਤੇ ਰਹਿਣਗੇ ਤੇ ਇਸ ਦੌਰਾਨ ਉਹ ਵੱਖਰੀ ਵੱਖਰੀ ਥਾਂ ਤੋਂ ਟਰੈਕਟਰ ਰੈਲੀ ਦੇ ਮਾਧਿਅਮ ਨਾਲ ਆਪਣਾ ਵਿਰੋਧ ਵੀ ਦਰਜ ਕਰਾਣਗੇ ਰਾਹੁਲ ਗਾਂਧੀ ਦਾ ਜਿਹੜਾ ਦੌਰਾ ਹੈ ਉਹ ਫਟੇਗੜ ਸਾਹਿਬ ਲੋਕ ਸਭਾ ਖੇਤਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਸਭ ਤੋਂ ਪਹਿਲਾ ਉਹ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਫਟੇਗੜ ਸਾਹਿਬ ਦੇ ਬਦਨੀ ਕਲਾ ਤੋਂ ਰਾਏਕੋਟ ਹੁੰਦਾ ਹੋਇਆ ਖਤਮ ਹੋਏਗਾ ਇਹ 2 ਅਕਤੂਬਰ ਨੂੰ ਉਹਨਾਂ ਦਾ ਰੋਡ ਸ਼ੋ ਹੋਏਗਾ ਇਸ ਤੋਂ ਇਲਾਵਾ 3 ਅਕਤੂਬਰ ਨੂੰ ਰਾਹੁਲ ਗਾਂਧੀ ਲੋਕ ਸਭਾ ਖੇਤਰ ਸੰਗਰੂਰ ਤੇ ਧੂਰੀ ਖੇਤਰ ਤੋਂ ਹੁੰਦੇ ਹੋਏ ਪਟਿਆਲਾ ਵਿੱਚ ਜਾ ਕੇ ਰੋਸ਼ ਮਾਰਚ ਕੱਢਣਗੇ ਤੇ ਇਸ ਤੋਂ ਬਾਅਦ 4 ਅਕਤੂਬਰ ਨੂੰ ਪਟਿਆਲਾ ਤੋਂ ਇਸ ਦੀ ਸ਼ੁਰੂਆਤ ਹੋਈ ਕਿ ਤੇ ਹਰਿਆਣਾ ਤੱਕ ਰਾਹੁਲ ਗਾਂਧੀ ਇਧਰ ਜਿਹੜਾ ਟਰੈਕਟਰ ਰੈਲੀ ਇਹ ਜਾਏਗੀ। ਤੇ ਅਸਲ ਪਿਛਲੇ ਕਾਫੀ ਦਿਨਾਂ ਤੋਂ ਖੇਤੀ ਬਿਲਾ ਨੂੰ ਲੈ ਕੇ ਕਾਂਗਰਸ ਕਿਸਾਨਾਂ ਦੇ ਨਾਲ ਸੜਕਾਂ ਤੇ ਉਤਰੀ ਹੋਈ ਹੈ ਤੇ ਹੁਣ ਰਾਹੁਲ ਗਾਂਧੀ ਵੀ ਇਸੇ ਮੁੱਦੇ ਨੂੰ ਲੈ ਕੇ ਸੜਕਾਂ ਤੇ ਆ ਰਹੇ ਤੇ 2 ਅਕਤੂਬਰ ਤੋਂ 4 ਅਕਤੂਬਰ ਤੱਕ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਰਹਿਣਗੇ। चंडीगढ़ तो तो उमा यादव सवेरा टीवी ऑल वर्ल्ड ओपन चैलेंज 17 टाइम गोल्ड मेडलिस्ट मियार रफीक मोहम्मद पंडित बेगम तांत्रिक सावधान स्पेशलिस्ट वशीकरण सिर्फ इकती घंटिया फ्री, 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 मिया रफीकोहम्मद मोबाइल चौरासी तीन सो चौहत्तर चौरानवे छे सो संताली चौरासी तीन सो ਜੋ ਅਤਾਰ 94648 ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ